ਚੰਡੀਗੜ੍ਹ ਦੇ ਮੈਗਡੀ ਦੇ ਵਿੱਚ ਅਚਾਨਕ ਵਾਸ਼ਰੂਮ ਦੇ ਵਿੱਚ ਇੱਕ ਬਾਡੀ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਹੁਣ ਸਰਕਟ 'ਚ ਆ ਕੇ ਪੂਰਾ ਸਰਚ ਆਪਰੇਸ਼ਨ ਕੀਤਾ ਗਿਆ। ਖੁਦ ਸੜਕ ਸੁਰੱਖਿਆ ਫੋਰਸ ਦੀ ਜਿੱਥੇ ਗੱਡੀ ਡਿਪਿਊਟ ਹੁੰਦੀ ਹੈ ਉਹਨਾਂ ਨੂੰ ਜਦ ਇਹਦੀ ਇਨਫੋਰਮੇਸ਼ਨ ਮਿਲਦੀ ਹੈ ਅਤੇ ਨਾਲ ਦੇ ਨਾਲ ਇਹ ਵਾਸ਼ਰੂਮ ਜਿਹੜਾ ਹੈਗਾ ਉੱਥੇ ਜਾ ਕੇ ਬਾਡੀ ਨੂੰ ਰਿਕਵਰ ਕੀਤਾ ਗਿਆ। ਇੱਕ 23 ਤੋਂ 24 ਸਾਲ ਦਾ ਨੌਜਵਾਨ ਇਸੇ ਬਿਲਕੁਲ ਇਸੇ ਵਾਸ਼ਰੂਮ ਦੇ ਅੰਦਰ ਇਸੀ ਰੂਮ ਦੇ ਵਿੱਚ ਅੰਦਰ ਤੋਂ ਲੌਕ ਸੀ ਤੇ ਇਸੇ ਸਰ ਲੌਕ ਸੀ ਅੰਦਰੋਂ ਲੌਕ ਸੀਗਾ ਜੀ। ਅੱਛਾ, ਇਨਫੋਰਮੇਸ਼ਨ ਕੀ ਸੀ ਇਸੇ? ਸਰ ਅਸੀਂ ਆਪਣੇ ਪੁਆਇੰਟ ਤੇ ਖੜੇ ਸੀ ਆਉਂਦੀ ਪੁਆਇੰਟ ਤੇ, ਠੀਕ ਹੈ, ਤੇ ਮੈਕੜੀ ਤੋਂ ਬੰਦਾ ਗਿਆ, ਠੀਕ ਹੈ, ਵੀ ਕੋਈ ਬੰਦਾ ਡਿੱਗਿਆ ਪਿਆ ਸ਼ਾਇਦ, ਠੀਕ ਹੈ, ਪੱਕਾ ਨਹੀਂ ਕਨਫਰਮ ਸੀ ਉਹਨਾਂ ਨੂੰ, ਠੀਕ ਹੈ, ਅਸੀਂ ਚਾਬੀ ਮੰਗਾਈ, ਲੌਕ ਖੋਲਿਆ, ਠੀਕ ਹੈ, ਇਸੇ ਥਾਂ ਤੇ ਸਰ? ਹਾਂ ਜੀ, ਬੰਦਾ ਐਂ ਡਿੱਗਿਆ ਪਿਆ ਸੀ, ਠੀਕ ਹੈ, ਪੱਗ ਇੱਧਰ ਪਈ ਸੀ, ਓਕੇ, ਠੀਕ ਹੈ, ਅਸੀਂ ਫਟਾਫਟ 108 ਬੁਲਾਈ, ਠੀਕ ਹੈ, ਇੱਥੇ ਬਾਹਰ ਨੂੰ ਆਈ, ਠੀਕ ਹੈ, ਨਾਲ ਹੀ ਅਤੁਲਦੀਪ ਸੀਗਾ, ਠੀਕ ਹੈ, ਇਹ ਤੁਹਾਡੀ ਸਾਰੀ ਟੀਮ? ਹਾਂ ਪੂਰੀ ਟੀਮ ਸੀਗੀ, ਠੀਕ ਹੈ, ਤੇ ਗੁੱਡੀ ਅਸੀਂ ਚੱਕ ਕੇ ਆਪਣਾ ਸਟੇਚਰ ਮੰਗਾਇਆ ਉਰੇ, ਠੀਕ ਹੈ, ਸਟੇਚਰ ਤੇ ਪਾ ਕੇ ਇੱਥੋਂ ਬਾਹਰ ਕੱਢਿਆ, ਠੀਕ ਹੈ। ਤੇ ਤੁਹਾਨੂੰ ਪ੍ਰਾਇਮਰੀ ਦੇਖਣ 'ਚ ਕੀ ਲੱਗ ਰਿਹਾ ਸੀ ਸਰ? ਦੇਖਣ ਚ ਲੱਗ ਰਿਹਾ ਸੀ ਜਿਵੇਂ ਕੋਈ ਹਾਰਟ ਅਟੈਕ ਵਗੈਰਾ। ਅੱਛਾ, ਕੋਈ ਹਾਰਟ ਅਟੈਕ ਵਗੈਰਾ? ਹਾਂ ਜੀ ਹਾਂ ਜੀ। ਕਿੰਨੀ ਏਜ ਦਾ ਮੁੰਡਾ ਸੀਗਾ ਸਰ? ਕੋਈ 25-26 ਸਾਲ ਦੀ ਉਮਰ ਸੀ। 25 ਸਾਲ? ਹਾਂ। ਕੀ ਐਂਬੂਲੈਂਸ ਲਵਾਈ ਇੱਥੇ ਜੀ? ਠੀਕ ਹੈ। ਅੱਛਾ, ਇੱਥੇ ਲੱਗ ਗਏ ਬਲੇਜਰ ਸਾਹਿਬ, ਆ ਖਲੋ ਜੀ, ਠੀਕ ਹੈ। ਅੱਛਾ, ਇਹ ਇੱਥੋਂ ਤੁਸੀਂ, ਕਿਉਂਕਿ ਐਮਰਜੈਂਸੀ ਗੇਟ ਹੈ ਸਰ, ਹੈ ਨਾ, ਇਹ ਹਾਲਾਂਕਿ ਇਹ ਡੋਰ ਕਲੋਜ਼ ਹੁੰਦਾ ਹੈ, ਵੈਸੇ ਇਹ ਬੰਦ ਹੁੰਦਾ, ਠੀਕ ਹੈ। ਤੇ ਇੱਥੋਂ ਸਾਰਾ ਜਿਹੜਾ ਹੈਗਾ, ਹਾਲਾਂਕਿ ਇਹ ਬੰਦ ਹੈ, ਇੱਥੋਂ ਕਰਕੇ 108 ਚ ਪਾਏ, ਠੀਕ ਹੈ, ਅਸੀਂ ਪੂਰੀ ਟੀਮ ਨਾਲ ਗਈ ਹੋਸਪਿਟਲ, ਠੀਕ ਹੈ। ਤੇ ਕਿੰਨੀ ਦੇਰ ਦਾ ਇਹ ਸਾਰਾ ਪੂਰਾ ਜਿਹੜਾ ਹੈਗਾ ਤੁਸੀਂ? ਇਹ ਅਸੀਂ ਕੈਮਰਾ ਚੈੱਕ ਕਰਿਆ, ਇਹਨਾਂ ਦੀ 10:15 ਦੀ ਐਂਟਰੀ ਅੰਦਰ, ਠੀਕ ਹੈ, ਠੀਕ ਹੈ, ਸਾਨੂੰ 1 ਵਜੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ, ਠੀਕ ਹੈ, ਤੇ ਅਸੀਂ ਮੈਂ ਕਿਹਾ 10 ਮਿੰਟ ਚ ਚੱਕ ਲਿਆ, 10 ਮਿੰਟ ਦਾ ਉਠਾ ਲਿਆ। ਤੇ ਕੁਛ ਸਟਾਰਟਿੰਗ ਚ ਲੱਗਿਆ ਕੱਲਾ ਹੀ ਸੀਗਾ ਜਾਂ ਕੋਈ ਹੋਰ ਨਾਲ? ਨਹੀਂ, ਕੱਲਾ ਹੀ ਆਇਆ, ਬਾਹਰੋਂ ਸਾਰੇ ਕੈਮਰੇ ਚੈੱਕ ਕਰ ਲਏ ਜੀ। ਅੱਛਾ ਜੀ, ਤੇ ਕੋਈ ਲੱਗਿਆ ਨਹੀਂ ਕਿ ਇਹਦੇ ਨਾਲ ਸੀਗਾ ਕੋਈ ਜਾਂ ਫਿਰ ਕਿਸੇ ਤਰ੍ਹਾਂ? ਨਹੀਂ ਨਹੀਂ, ਪੂਰੀ ਟੀਮ ਥਾਣੇ ਤੋਂ ਆਏ ਸੀ, ਏਐਸਆਈ ਧਰਮਚੰਦ ਜੀ, ਜੀ ਜੀ, ਏਐਸਆਈ ਬਰਿੰਦਰ ਸਿੰਘ, ਠੀਕ ਹੈ, ਉਹਨਾਂ ਨੇ ਸਾਰੇ ਕੈਮਰੇ ਚੈੱਕ ਕਰੇ, ਠੀਕ ਹੈ। ਤੇ ਤੁਸੀਂ ਕੈਮਰੇ 'ਚ ਕੀ ਦੇਖਿਆ? ਕੈਮਰੇ ਦੇਖਿਆ ਗਿਆ ਮੁੰਡਾ ਇੱਧਰੋਂ ਆ ਰਿਹਾ ਕੱਲਾ ਹੀ, ਇੱਥੋਂ ਵੀ ਕੱਲਾ ਹੀ ਜਾ ਰਿਹਾ। ਅੱਛਾ, ਠੀਕ ਹੈ, ਹਾਂ, ਅਸੀਂ ਅੱਗੇ ਵੀ ਕੈਮਰਾ ਇਹਨਾਂ ਦਾ, ਠੀਕ ਹੈ, ਬਾਥਰੂਮ ਕੋਲ, ਠੀਕ ਹੈ, ਉੱਥੇ ਵੀ ਕੱਲਾ ਹੀ ਜਾ ਰਿਹਾ, ਉੱਥੇ ਵੀ ਕੱਲਾ ਹੀ, ਉੱਥੇ ਵੀ ਕੱਲਾ ਹੀ, ਯਾਨੀ ਕਿ 10:15 ਜੇ ਇੱਥੇ ਇੰਟਰ ਹੁੰਦਾ ਹੈ, 1:30 ਵਜੇ ਲੋਕਾਂ ਨੂੰ ਪਤਾ ਲੱਗਦਾ ਹੈ। ਕਿੰਨੀ ਦੇਰ ਉਹ ਵੀ ਜਿਹੜਾ ਇਹਨਾਂ ਦਾ ਬਾਥਰੂਮ ਸਫਾਈ ਕਰਨ ਵਾਲਾ, ਠੀਕ ਹੈ, ਉਹ ਕਿਤੇ ਗਿਆ, ਉਹਨੇ ਦੱਸਿਆ, ਠੀਕ ਹੈ, ਵੀ ਸਰ ਬਾਥਰੂਮ ਤਾਂ ਕਾਫੀ ਚਿਰ ਤੋਂ ਬੰਦ ਆ, ਮੈਨੇਜਰ ਨੂੰ ਦੱਸਿਆ, ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਦੋਂ ਮਿਲ ਜੀ, ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਆਏ ਸੀਗੇ, ਤੁਸੀਂ ਦੇਖਿਆ ਆਲਰੇਡੀ ਡੈਥ ਸੀਗਾ ਜਾਂ ਹਜੇ ਕੁਝ ਸਾਂਸ ਚੱਲ ਰਹੀ ਸੀ? ਵੈਸੇ ਸਾਨੂੰ ਸਾਂਸ ਨਹੀਂ ਚੱਲ ਰਹੀ, ਸਾਨੂੰ ਲੱਗ ਰਿਹਾ ਸੀ ਇੱਦਾਂ ਹੀ। ਅੱਛਾ, ਫਿਰ ਵੀ ਅਸੀਂ ਕੋਸ਼ਿਸ਼ ਕਰੀ ਜਲਦੀ ਚੱਕਣ ਦੀ, ਵੀ ਸ਼ਾਇਦ ਡਾਕਟਰ ਦੱਸਣਗੇ ਇਹਦਾ। ਬਿਲਕੁਲ ਜੀ। ਤੇ ਤੁਹਾਡੀ ਟੀਮ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਨਾਲ ਦੇ ਨਾਲ ਹੀ? ਸਾਡੀ ਟੀਮ ਮਤਲਬ ਅਲਰਟ ਸੀ ਸਾਰੀ, ਅਸੀਂ 15 ਮਿੰਟ 'ਚ ਇਹਨੂੰ ਹੋਸਪਿਟਲ ਪਹੁੰਚਾਤਾ ਜੀ ਜੀ, ਠੀਕ ਹੈ, 108 ਬੁਲਾ ਕੇ। ਹਾਂ, 108 ਬੁਲਾ ਕੇ, ਠੀਕ ਹੈ। ਤਾਂ ਕੋਈ ਹੋਰ ਤਾਂ ਨਾਲ ਨਹੀਂ ਸੀਗਾ, ਇਹਦੇ ਪਹਿਚਾਣ ਵੀ ਨਹੀਂ ਹੋ ਪਾ ਰਹੀ? ਨਹੀਂ ਨਹੀਂ, ਹੋਰ ਕੋਈ ਨਾਲ ਨਹੀਂ ਸੀ, ਠੀਕ ਹੈ। ਬਾਅਦ 'ਚ ਇਹਨਾਂ ਦੇ ਡੈਡੀ ਆਏ, ਚਾਚਾ ਜੀ ਆਏ, ਉਹਨਾਂ ਸਾਰਿਆਂ ਨੂੰ ਕੈਮਰੇ ਚੈੱਕ ਕਰਾਏ, ਠੀਕ ਹੈ। ਇੱਥੇ ਦੇ ਰਹਿਣ ਵਾਲੇ ਡੇਰਾ ਤੁਸੀਂ? ਗੁਰਮੋਹਰ ਸਿਟੀ ਦੇ ਰਹਿਣ ਵਾਲੇ ਜੀ ਜੀ। ਤਾਂ ਉਹਨਾਂ ਵੱਲੋਂ ਕੋਈ ਗੱਲਬਾਤ ਹੋਈ, ਕੋਈ ਦੱਸਿਆ ਉਹਨਾਂ ਨੇ ਕੁਝ? ਨਹੀਂ, ਉਹਨਾਂ ਵੱਲੋਂ ਬਸ ਇਹੀ ਗੱਲਬਾਤ ਹੋਈ, ਕੈਮਰੇ ਹੀ ਚੈੱਕ ਕਰੇ ਉਹਨਾਂ ਨੇ, ਠੀਕ ਹੈ, ਉਹ ਵੀ ਇਹੀ ਚੀਜ਼ ਮੰਨ ਰਹੇ ਵੀ ਬਾਕੀ ਅਟੈਕ ਹੋਇਆ ਹੋਣਾ, ਅਟੈਕ ਹੋਇਆ, ਠੀਕ ਹੈ। ਤੇ ਤੁਹਾਡੀ SSF ਟੀਮ ਦਾ ਰਿਸਪੌਂਸ ਰਿਹਾ, ਤੁਹਾਡੀ ਇੱਥੇ ਹੀ ਹੁੰਦੀ ਸਾਰੀ ਡਿਊਟੀ? ਸਾਡੀ ਤਕਰੀਬਨ ਇੱਥੇ ਜ਼ਿਆਦਾ ਹੁੰਦੀ, ਠੀਕ ਹੈ। ਵੈਸੇ ਤਾਂ ਜਿੱਥੇ ਵੀ ਐਕਸੀਡੈਂਟ ਹੁੰਦਾ ਅਸੀਂ ਉੱਥੇ ਹੀ ਜਾਂਦੇ, ਠੀਕ ਹੈ ਜੀ ਜੀ। ਤੇ ਤੁਹਾਡੀ ਟੀਮ ਦੇ ਕਿੰਨੇ ਮੈਂਬਰ ਨਾਲ ਐਕਟਿਵ ਹੁੰਦੇ? ਸਾਡੇ ਅਸੀਂ ਟੋਟਲ 4 ਮੈਂਬਰ ਹੁੰਦੇ, ਠੀਕ ਹੈ, 4। ਹਾਂ, ਮੈਂ 4-3 ਨਾਲ ਹੁੰਦੇ। ਅੱਛਾ, ਤੁਸੀਂ 4? ਹਾਂ ਜੀ ਜੀ, ਠੀਕ ਹੈ। ਤੇ ਬਿਲਕੁਲ ਜਿੱਦਾਂ ਗੁਰਮੇਲ ਜੀ ਨੇ ਦੱਸਿਆ, ਕਿਉਂਕਿ ਇਹ ਮੈਗਡੀ ਹੈ ਜ਼ੀਰਕਪੁਰ ਦੀ,
ਜਿੱਥੇ ਇਹ ਬਾਡੀ ਜਿਹੜੀ ਹੈ ਰਿਕਵਰ ਹੋਈ ਹੈ ਔਰ ਬਾਥਰੂਮ ਦੇ ਵਿੱਚ ਤਸਵੀਰਾਂ ਤੁਸੀਂ ਵੇਖੀਏ ਕਿ ਬਾਥਰੂਮ ਦੇ ਵਿੱਚ ਔਰ ਬਹੁਤ ਹੀ ਐਕਟਿਵਲੀ ਪੰਜਾਬ ਪੁਲਿਸ ਦੀ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਉਹਨਾਂ ਵੱਲੋਂ ਉਸਨੂੰ ਐਂਬੂਲੈਂਸ ਬੁਲਾ ਕੇ ਨਾਲ ਦੇ ਨਾਲ ਹੀ ਉਸਨੂੰ ਹਸਪੀਟਲ ਪਹੁੰਚਾਇਆ ਔਰ ਇਸੇ ਗੱਡੀ ਦੇ ਵਿੱਚ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਔਰ ਮਕਸਦ ਹੀ ਇਹੀ ਹੈ SSF ਦਾ ਜਿਹੜੀ ਜਾਣਕਾਰੀ ਵੀ ਗੁਰਮੇਲ ਜੀ ਨੇ ਦਿੱਸੇ ਕਿ ਅਚਾਨਕ ਉਹ ਮੁੰਡਾ ਜਿਹੜਾ ਹੈਗਾ 10:15 ਦੇ ਇੰਟਰ ਹੁੰਦਾ ਤੇ 1 ਵਜੇ ਪਤਾ ਲੱਗਦਾ ਕਿ ਉਹਦੀ ਬਾਡੀ ਜਿਹੜੀ ਹੈ ਉਹ ਬਾਥਰੂਮ ਚ ਪਈ ਹੈ ਹਾਲਾਂਕਿ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਈ ਚੀਜ਼ਾਂ ਨੂੰ ਲੈ ਕੇ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਲੇਕਿਨ ਹਜੇ ਤੱਕ ਸਾਹਮਣੇ ਆ ਰਿਹਾ ਕਿ ਹਾਰਟ ਅਟੈਕ ਹੋਇਆ ਹਾਰਟ ਅਟੈਕ ਕਾਰਨ ਉਹਦੀ ਮੌਤ ਹੋਈ ਹੈ ਹੁਣ ਪੋਸਟਮਾਰਟਮ ਤੋਂ ਬਾਅਦ ਹੋਰ ਵੀ ਚੀਜ਼ਾਂ ਨਿਕਲ ਕਰ ਸਾਹਮਣੇ ਆਉਣਗੀਆਂ ਕਿ ਆਖਿਰ ਰੀਜ਼ਨ ਕੀ ਰਿਹਾ।